ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਕਾਫੀ ਕਿਸਾਨਾਂ ਦੇ 2-3 ਦਿਨ ਤੋਂ ਫੋਨ ਆ ਰਹੇ ਨੇ ਕਿ ਪੱਤਲਾ ਲਵੇਟ ਉਹਨਾਂ ਦੇ ਖੇਤਾਂ ਦੇ ਵਿੱਚ ਕਾਫੀ ਜ਼ਿਆਦਾ ਪੈ ਗਿਆ ਤੇ ਗੋਭ ਦੀ ਸੁੰਡੀ ਵੀ ਕਾਫੀ ਹੈ ਜਦੋਂ ਗੋਭ ਤੋੜ ਕੇ ਦੇਖਦੇ ਨੇ ਤਾਂ ਗੋਭ ਖਾਦੀ ਹੋਈ ਮਿਲਦੀ ਹੈ ਤੇ ਵਿੱਚ ਸੁੰਡੀ ਜੂੰਦੀ ਹੈ ਤੇ ਉਹ ਹੁਣ ਇਹ ਪੁੱਛ ਰਹੇ ਨੇ ਕਿ ਇਹਦਾ ਇਲਾਜ ਕੀ ਕੀਤਾ ਜਾਵੇ ਕਿਸ ਤਰ੍ਹਾਂ ਇਹ ਸਹੀ ਹੋ ਇਹਦਾ ਖਾਤਮਾ ਕਿਦਾਂ ਹੋ ਕਿਉਂਕਿ ਜੇਕਰ ਗੋਭ ਦੀ ਸੁੰਡੀ ਤੇ ਪੱਤਾ ਲਵੇਟ ਉਹ ਜ਼ਿਆਦਾ ਫੈਲ ਰਿਹਾ ਤੁਹਾਡੇ ਖੇਤ ਦੇ ਵਿੱਚ ਯੂਨੀਵਰਸਿਟੀ ਦੇ ਕਹਿਣ ਦੇ ਅਨੁਸਾਰ ਤਾਂ ਅੱਗੇ ਜਾ ਕੇ ਤੁਸੀਂ ਦੇਖੋਗੇ ਕਿ ਚਿੱਟੀਆਂ ਬੱਲੀਆਂ ਨਿਕਲਦੀਆਂ ਨੇ ਖਾਲੀ ਬੱਲੀਆਂ ਹੁੰਦੀਆਂ ਨੇ ਗੋਭ ਸੁੱਕੀ ਹੋਈ ਨਿਕਲਦੀ ਹੈ ਜਿਹਦੇ ਕਾਰਨ ਜੇਕਰ ਇਹ ਹੱਦ ਤੋਂ ਵੱਧ ਹੋਵੇ ਜ਼ਿਆਦਾ ਹੋਵੇ ਤਾਂ ਬਿਮਾਰੀਆਂ ਦਾ ਅਟੈਕ ਵੀ ਆਉਂਦਾ ਉਹਦੀ ਸ਼ੁਰੂਆਤ ਇੱਥੇ ਹੁੰਦੀ ਹੈ ਤੇ ਦੂਸਰਾ ਝਾੜ ਦੇ ਵਿੱਚ ਵੀ ਕਾਫੀ ਫਰਕ ਪੈ ਜਾਂਦਾ ਹੈ ਇਸ ਲਈ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਕਹੂੰਗਾ ਕਿ ਤੁਸੀਂ ਇੱਕ ਵਾਰ ਆਪਣੇ ਖੇਤ ਦਾ ਚੰਗੀ ਤਰ੍ਹਾਂ ਨਿਰੇਖਣ ਕਰ ਲਓ ਕਿਉਂਕਿ ਇਹਦੀ ਸ਼ੁਰੂਆਤ ਥੋੜੇ ਦਿਨ ਪਹਿਲਾਂ ਹੋ ਚੁੱਕੀ ਹੈ ਹੁਣ ਤੁਹਾਨੂੰ ਪੱਤੇ ਚਿੱਟੇ ਹੋਏ ਦਿਖਣਗੇ ਉਦੋਂ ਪੱਤਾ ਲਵੇਟ ਲੱਗ ਚੁੱਕਾ ਹੁੰਦਾ ਜਦੋਂ ਆਪਾਂ ਨੂੰ ਪਤਾ ਲੱਗਦਾ ਤੁਸੀਂ ਤਕਰੀਬਨ ਇੱਕ ਰੱਸੀ ਨਾਲ 100 ਕਬੂਟਿਆਂ ਦੇ ਆਲੇ-ਦੁਆਲੇ ਰੱਸੀ ਬੰਨ੍ਹ ਕੇ ਉਹਦੇ ਨਿਰੀਖਣ ਕਰ ਲਓ ਜੇਕਰ 5 ਜਾਂ 4 ਬੁੱਟੇ ਜਾਂ 3 ਬੁੱਟੇ ਦੇ ਵਿੱਚ ਤੁਹਾਨੂੰ ਪੱਤਾ ਲਵੇਟ ਜਾਂ ਗੋਭ ਦੀ ਸੁੰਡੀ ਮਿਲਦੀ ਹੈ ਫੇਰ ਤਾਂ ਕੋਈ ਨੁਕਸਾਨ ਨਹੀਂ ਕਿਉਂਕਿ ਉਹਦੇ ਨਾਲ ਓਨਾ ਫਰਕ ਨਹੀਂ ਪੈਂਦਾ ਤੇ ਝਾੜ ਤੇ ਵੀ ਕੋਈ ਅਸਰ ਨਹੀਂ ਪੈਂਦਾ ਜੇਕਰ 7-8 ਜਾਂ 10 ਬੁੱਟਿਆਂ ਤੇ ਬਿਮਾਰੀ ਹੈ ਫੇਰ ਤੁਹਾਨੂੰ ਉਹਦੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਹੈ ਮੌਸਮ ਦੇ ਵਿੱਚ ਇਸ ਵਾਰ ਗਰੀ ਤਾਪਮਾਨ ਹੈ ਉਹ ਵਧਿਆ ਹੋਇਆ ਗਰਮੀ ਜ਼ਿਆਦਾ ਜਿਸ ਕਾਰਨ ਪੱਤਾ ਲਵੇੜ ਤੇ ਗੋਭ ਦੀ ਸੁੰਡੀ ਦਾ ਅਟੈਕ ਆਉਂਦਾ ਤੇ ਬਾਰਿਸ਼ ਵੀ ਹਲੇ ਨਹੀਂ ਹੋ ਰਹੀ ਤੇ ਅੱਗੇ ਮੈਨੂੰ ਹੋਣ ਦੀ ਲੱਗਦਾ ਵੀ ਹੋ ਸਕਦਾ ਹੋਵੇ ਪਰ ਉਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜੇਕਰ ਅਟੈਕ ਘਟ ਹੈ ਤਾਂ ਸਪਰੇਅ ਨਾ ਕਰੋ ਪਰ ਜੇਕਰ ਅਟੈਕ ਵੱਧ ਹੈ ਤਾਂ ਉਹਦੇ ਲਈ ਮੈਂ ਤੁਹਾਨੂੰ ਸਪਰੇਅ ਦੱਸ ਦਿੰਨਾ ਸਪਰੇਅ ਮੈਂ ਤੁਹਾਨੂੰ ਸਾਰੀ ਦੱਸ ਦਿੰਨਾ ਪਦਾਨ ਦੀ ਕੋਈ ਸਿਫਾਰਿਸ਼ ਨਹੀਂ ਕਰਨੀ ਕਿਉਂਕਿ ਪਦਾਨ ਜੇਕਰ ਤੁਸੀਂ ਪਾਉਂਦੇ ਵੀ ਹੋ ਤਾਂ ਪਦਾਨ ਤੇ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਹੈ 80 ਰੁਪਏ ਤੋਂ 90 ਰੁਪਏ ਤੋਂ ਘੱਟ ਵਧੀਆ ਪਦਾਨ ਮਿਲਦੀ ਨਹੀਂ ਤੇ ਉਹਨਾਂ ਖਰਚਾ ਕਰਨ ਦੀ ਜ਼ਰੂਰਤ ਨਹੀਂ तरीके सारी ਨੇ ਮਹਿੰਗਾ ਸਪਰੇ ਵੀ ਹੈਗਾ ਤੇ ਲਾਸਟ ਵਿੱਚ ਤੁਹਾਨੂੰ ਇੱਕ ਸਸਤਾ ਸਪਰੇ ਦੱਸਣਾ ਬਿਲਕੁਲ 100 ਤੋਂ 120 ਰੁਪਏ ਕਿੱਲੇ ਦਾ ਪੈਣਾ ਤੇ ਉਹਦੇ ਨਾਲ ਪੱਤਾ ਲਵੇਟ ਤੇ ਗੋਭ ਦੀ ਸੁੰਡੀ ਦੋਨਾਂ ਦਾ 100% ਖਾਤਮਾ ਹੋ ਜਾਊ ਤੇ ਅਗਲੇ 20 ਦਿਨ ਤੁਹਾਨੂੰ ਦੇਖਣ ਦੀ ਜ਼ਰੂਰਤ ਵੀ ਨਹੀਂ ਸਪਰੇ ਕਰਨ ਲੱਗੇ ਇੰਨਾ ਖਿਆਲ ਜ਼ਰੂਰ ਰੱਖਿਓ ਕਿ ਜੇਕਰ ਤੁਹਾਨੂੰ ਲੱਗਦਾ ਵੀ ਸਪਰੇ ਦਾ ਰਿਜ਼ਲਟ ਵਧੀਆ ਲੈਣਾ ਹੈ ਤਾਂ ਪਾਣੀ ਉਹਨੂੰ ਵਧੀਆ ਲਾਇਓ ਸਪਰੇਅ ਚ ਘੱਟੋ ਘੱਟ 100 ਲੀਟਰ ਪਾਣੀ ਜ਼ਰੂਰ ਲਾਇਓ ਕਿਉਂਕਿ ਕਈ ਵਾਰ ਕਿਸਾਨ 3 ਜਾਂ 4 ਢੋਲੀਆਂ ਲਾ ਕੇ 25 ਲੀਟਰ ਲਿਆ ਕਹਿ ਦਿੰਦੇ ਨੇ ਜੀ ਅਸੀਂ ਸਪਰੇਅ ਕਰਤਾ ਤੇ ਰਿਜ਼ਲਟ ਨਹੀਂ ਮਿਲਿਆ ਸਾਰੇ ਪੱਤਿਆਂ ਤੇ ਸਪਰੇਅ ਲੱਗਣਾ ਚਾਹੀਦਾ ਤਾਂ ਹੀ ਉਹਦਾ ਫਾਇਦਾ ਹੋਣਾ ਉਹਦੇ ਵਿੱਚ ਸਭ ਤੋਂ ਪਹਿਲੀ ਤੁਸੀਂ ਦਵਾਈ ਲੈ ਸਕਦੇ ਜੀ ਫੇਮ ਫੇਮ ਜਿਹੜੀ ਤੁਸੀਂ ਲੈਣੀ ਹੈ ਉਹ 20 ਐਮ ਐਲ ਪ੍ਰਤੀ ਕਿੱਲੇ ਦੀ ਲੈਣੀ ਹੈ रिजल्ट ए दा वधिया है पिछले सालਾਂ ਦੇ ਵਿੱਚ ਕਿਸਾਨ ਵਰਤਦੇ ਨੇ ਜੇਕਰ ਤੁਸੀਂ ਫੇਮ ਵਾਲਾ ਸਾਲਟ ਹੋਰ ਵੀ ਕਿਸੇ ਕੰਪਨੀ ਤੋਂ ਸਸਤਾ ਲੈ ਲੈਣਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਇੱਛਾ ਉਹਦੀ ਡੋਜ਼ ਵੀ ਇਹੀ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ ਟਕੂਮੀ ਟਾਟਾ ਟਕੂਮੀ ਟਕੂਮੀ ਦੀ ਡੋਜ਼ ਵੀ ਜੀ 40 ਐਮਐਲ ਪ੍ਰਤੀ ਏਕੜ ਤੇ ਇਹਦੇ ਲਈ ਵੀ ਤੁਸੀਂ ਪਾਣੀ 100 ਲੀਟਰ ਹੀ ਲਉਣਾ ਇਹਦੇ ਰਿਜ਼ਲਟ ਵੀ ਵਧੀਆ ਨੇ ਤੀਸਰੇ ਨੰਬਰ ਤੇ ਆ ਗਿਆ ਤੁਹਾਡਾ ਕੋਰਾਜਨ ਕੋਰਾਜਨ ਵੀ ਤੁਸੀਂ 40 ਐਮ ਐਲ ਪ੍ਰਤੀ ਏਕੜ ਦੀ ਲੈਣੀ ਹੈ ਤੇ ਇਹਦੇ ਰਿਜ਼ਲਟ ਵੀ ਕਿਸਾਨਾਂ ਨੇ ਦੇਖੇ ਨੇ ਬਾਦ ਵਾਲੀ ਸਪਰੇ ਦੇ ਵਿੱਚ ਵੀ ਇਹਨੂੰ ਪਾਉਂਦੇ ਨੇ ਇਹਦੇ ਰਿਜ਼ਲਟ ਵੀ ਬਹੁਤ ਪਲੱਸ ਨੇ ਇਹ ਤਿੰਨ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਦਵਾਈਆਂ ਦੱਸਤੀਆਂ ਇਹ ਥੋੜੀਆਂ ਮਹਿੰਗੀਆਂ ਨੇ ਤੇ ਰਿਜ਼ਲਟ ਪਰ ਇਹਨਾਂ ਦਾ ਵਧੀਆ ਹੈ ਪਰ ਤੁਹਾਨੂੰ ਹਲੇ ਇਹ ਦਵਾਈਆਂ ਕਰਨ ਦੀ ਇੰਨੀ ਜ਼ਰੂਰਤ ਨਹੀਂ ਵੀ ਤੁਸੀਂ ਇਹਨਾਂ ਦਾ ਸਪਰੇਅ ਕਰੋ ਤੇ ਇਹਨਾਂ ਖਰਚਾ ਕਰੋ ਹਲੇ ਤਾਂ ਅਸੀਂ ਸ਼ੁਰੂਆਤ ਦੇ ਵਿੱਚ ਇੱਕ ਹਲਕੀ ਦਵਾਈ ਕਰ ਸਕਦੇ ਹਾਂ ਜਿਹਨੂੰ ਪ੍ਰੋਕਲੇਮ ਕਹਿੰਦੇ ਆਪਾਂ ਪ੍ਰੋਕਲੇਮ ਦਵਾਈ ਦਾ ਤੁਸੀਂ ਸਪਰੇਅ ਕਰੋ 100 ਗ੍ਰਾਮ ਪ੍ਰਤੀ ਏਕੜ ਦੀ ਪੈਂਦੀ ਹੈ 100 ਲੀਟਰ ਪਾਣੀ ਲਾਓ ਤੇ ਉਹਦਾ ਰੇਟ ਵੀ ਬਿਲਕੁਲ ਜਾਇਜ਼ ਹੈ 100 ਤੋਂ 130 ਰੁਪਏ ਦੇ ਕਰੀਬ ਤੁਹਾਨੂੰ ਪੈਣੀ ਹੈ ਅਲੱਗ-ਅਲੱਗ ਏਰੀਏ ਦੇ ਰੇਟ ਨੇ ਤੇ ਉਹ ਤੁਸੀਂ ਸੇਮ ਸਾਲਟ ਜੇ ਤੁਹਾਨੂੰ ਮਿਲਦਾ ਤਾਂ ਹੋਰ ਕਿਸੇ ਕੰਪਨੀ ਦਾ ਵੀ ਲੈ ਸਕਦੇ ਹੋ ਰਿਜ਼ਲਟ ਉਹਦੇ ਬਹੁਤ ਪਲੱਸ ਨੇ ਤੇ ਜਦੋਂ ਤੁਸੀਂ ਅੱਜ ਸਪਰੇਅ ਕਰਦੇ ਤਾਂ ਅਗਲੇ ਦਿਨ ਤੁਹਾਨੂੰ ਉਹਦਾ ਰਿਜ਼ਲਟ ਸਾਹਮਣੇ ਆ ਜਾਣਾ ਹੈ ਐਮ ਐਮੈਕਟਿਨ ਬੈਂਜੂਏਟ ਇਹਦੇ ਵਿੱਚ ਸਾਲਟ ਹੈ ਤੇ ਉਹਦਾ ਰਿਜ਼ਲਟ ਅਗਲੇ ਦਿਨ ਤੁਹਾਡੇ ਸਾਹਮਣੇ ਆ ਜਾਣਾ ਬਹੁਤ ਹੀ ਵਧੀਆ ਰਿਜ਼ਲਟ ਹੈ 100% ਸੁਡੀ ਦਾ ਤੇ ਪੱਤਲ ਲਵੇਟ ਦਾ ਖਾਤਮਾ ਕਰੋ ਤੇ ਅਗਲੇ 15 ਦਿਨ ਤੁਹਾਨੂੰ ਦੇਖਣ ਦੀ ਜ਼ਰੂਰਤ ਨਹੀਂ ਇਹ ਸਭ ਤੋਂ ਸਸਤਾ ਤਰੀਕਾ ਹੈ ਤੇ ਇਹਨੂੰ ਤੁਸੀਂ ਅਜਮਾਓ ਜੇ ਅਜਮਾਉਣਾ ਹੈ ਹਲੇ ਸ਼ੁਰੂਆਤ ਦੇ ਵਿੱਚ ਇੰਨੀਆਂ ਮਹਿੰਗੀਆਂ ਦਵਾਈਆਂ ਦੀ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਉਹਦਾ ਜਦ ਸਮਾਂ ਆਊਗਾ ਅੱਜ ਤੋਂ 15-20 ਦਿਨ ਨੂੰ ਜਦ ਸੁੰਡੀ ਦਾ ਅਟੈਕ ਆਉਣਾ ਹੈ ਜੇ ਆਇਆ ਤਾਂ ਉਦੋਂ ਆਪਾਂ ਮਹਿੰਗੀਆਂ ਦਵਾਈਆਂ ਵਰਤਣੀਆਂ ਨੇ ਨਹੀਂ ਫਿਰ ਤੁਸੀਂ ਵਾਧੂ ਖਰਚਾ ਹਲੇ ਫਿਲਹਾਲ ਨਾ ਕਰੋ ਹਲੇ ਤੁਸੀਂ ਪ੍ਰੋਕਲੇਮ ਦਾ ਸਪਰੇਅ ਕਰ ਸਕਦੇ ਹੋ ਉਹਦੇ ਨਾਲ 100% ਮਸਲਾ ਹੱਲ ਹੋ ਜੂ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ